ਸਤਿ ਸ਼੍ਰੀ ਅਕਾਲ ਦੋਸਤੋ, ਫੋਰਐਵਰ ਮੀਡੀਆ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਤਰਨ ਸਿੰਘ। ਪੰਜਾਬੀ ਮਾਂ ਬੋਲੀ ਦੇ ਉੱਤੇ ਬਣਨ ਵਾਲੀ ਫਿਲਮ ਊੜਾੜਾ 1 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ, ਅਤੇ ਉਸ ਫਿਲਮ ਦੇ ਡਾਇਰੈਕਟਰ ਅਤੇ ਰਾਈਟਰ ਸਾਡੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਫਿਲਮ ਊੜਾੜਾ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ਿਤਿਸ਼ ਜੀ ਐਂਡ ਨਰੇਸ਼ ਕਥੂਰੀਆ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫੋਰਐਵਰ। ਮਿਹਰਬਾਨੀ ਜੀ, ਥੈਂਕ ਯੂ। ਮਾਂ ਬੋਲੀ 'ਤੇ ਫਿਲਮ ਬਣਾਉਣਾ ਮੈਨੂੰ ਲੱਗਦਾ ਇੱਕ ਬੜਾ ਚੈਲੇਂਜ ਸੀਗਾ, ਕਿਉਂਕਿ ਇੱਦਾਂ ਦੇ ਸੰਜੀਦਾ ਕਨਸੈਪਟ ਜਦੋਂ ਤੁਸੀਂ ਚੁਣਦੇ ਹੋ ਤਾਂ ਇੱਕ ਡਰ ਵੀ ਹੁੰਦਾ ਦਿਲ ਦੇ ਵਿੱਚ, ਅਤੇ ਇੱਕ ਮੈਨੂੰ ਲੱਗਦਾ ਕਿ ਅੰਦਰ ਦੇ ਵਿੱਚ ਉਹ ਵੀ ਡਰ ਸੀਗਾ ਕਿ ਸਾਡੀ ਮਾਂ ਬੋਲੀ ਵੀ ਵਿਸਰ ਰਹੀ ਹੈ, ਜਿਸ ਕਰਕੇ ਤੁਸੀਂ ਇਸ ਚੀਜ਼ ਨੂੰ ਲਿਖਿਆ। ਅਤੇ ਇਸ ਟਾਈਟਲ ਨੂੰ ਬਣਾਉਣ ਦੇ ਲਈ ਕਿਹੜਾ ਉਹ ਕਾਰਨ ਸੀਗਾ ਜੋ ਇਸ ਟਾਈਟਲ ਨੂੰ ਅੱਗੇ ਲੈ ਕੇ ਆਇਆ? ਵੈਸੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਨੂੰ ਸੇਵਾ ਦਾ ਮੌਕਾ ਮਿਲਿਆ ਕਿ ਅਸੀਂ ਮਾਂ ਬੋਲੀ ਦੇ ਅਸੀਂ ਪਹਿਲੀ ਫਿਲਮ ਬਣਾ ਰਹੇ ਹਾਂ, ਅਤੇ ਬਾਕੀ ਨਰੇਸ਼ ਜੀ ਦੱਸਣਗੇ ਇਹਨਾਂ ਦੇ ਆਈਡੀਆ ਮਾਇੰਡ। ਨਰੇਸ਼ ਜੀ ਨੇ, ਬਿਲਕੁਲ ਨਰੇਸ਼ ਜੀ ਨੇ ਇਸ ਕਹਾਣੀ ਨੂੰ ਲਿਖਿਆ, ਸੋ ਇਹ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਪਾਉਣਗੇ ਕਿ ਕਿਉਂ ਇਹ ਕਾਰਨ ਉਹਨਾਂ ਨੂੰ ਇਸ ਮਾਂ ਬੋਲੀ 'ਤੇ ਫਿਲਮ ਬਣਾਉਣ ਲਈ ਮਜਬੂਰ ਕਰ ਗਿਆ। ਦੇਖੋ, ਸਬਜੈਕਟ ਤਾਂ ਮੇਰੇ ਦਿਮਾਗ 'ਚ ਇਹ ਬਹੁਤ ਪਹਿਲਾਂ ਦਾ ਸੀਗਾ ਜੀ, 2012 ਤੋਂ ਮੈਂ ਕਹਾਣੀ ਇਹਦੀ ਬਣਾ ਲਈ ਸੀ, ਕਹਾਣੀ ਇੱਦਾਂ ਦੀ ਹੈਗੀ ਹੈ। ਰਹੀ ਵਿਸ਼ੇ ਦੀ ਗੱਲ, ਵਿਸ਼ਾ ਤਾਂ ਪਿਛਲੇ 15-16 ਸਾਲ ਤੋਂ ਜਦ ਦੀ ਪੜ੍ਹਾਈਆਂ ਖਤਮ ਹੋਈਆਂ ਸਾਡੀਆਂ, ਤਾਂ ਆਪਣੀ ਸੁਸਾਇਟੀ ਦੇ ਵਿੱਚ ਜਿੱਥੇ ਵੀ ਕਿਤੇ ਜਾਂਦੇ ਸੀਗੇ ਤਾਂ ਇੱਕ ਸਾਨੂੰ ਲੋਕਾਂ ਦੇ ਰਿਐਕਸ਼ਨ ਮਿਲਦੇ ਸੀਗੇ ਅੱਜ ਦੀ ਸੁਸਾਇਟੀ ਦੇ, ਆਪਣੇ ਪੰਜਾਬੀਆਂ ਦੇ, ਕੀ ਆ ਵੀ ਤੁਹਾਨੂੰ ਹਿੰਦੀ ਜਾਂ ਇੰਗਲਿਸ਼ ਨਹੀਂ ਬੋਲਦੇ ਤੁਸੀਂ, ਪੰਜਾਬੀ ਲਾਈਏ ਤੁਸੀਂ। ਇੰਗਲਿਸ਼ ਵੱਲ ਨੂੰ ਜ਼ਿਆਦਾ ਝੁਕਾਅ, ਇੰਗਲਿਸ਼ ਵੱਲ ਨੂੰ ਜ਼ਿਆਦਾ ਝੁਕਾਅ ਉਹਨਾਂ ਦਾ, ਹਿੰਦੀ ਤੋਂ ਬਾਅਦ ਇੰਗਲਿਸ਼ ਦਾ ਝੁਕਾਅ। ਤਾਂ ਉਦੋਂ ਇੰਨੀ ਮੈਚੋਰ ਨਹੀਂ ਸੀਗੀ ਜਾਂ ਇਸ ਗੱਲ ਦਾ ਰਿਐਕਟ ਕਰਨਾ ਨਹੀਂ ਆਉਂਦਾ ਸੀਗਾ ਯਾਰ, ਕੀ ਕਹੀਏ ਵੀ ਇਹਦਾ ਕੀ ਬੋਲੀਏ ਵੀ ਇਸ ਗੱਲ 'ਤੇ ਕਿ ਪੰਜਾਬੀ ਬੋਲਣਾ ਮਾੜੀ ਗੱਲ ਕਿਉਂ ਹੈ। ਉਸ ਤੋਂ ਬਾਅਦ ਸਬਜੈਕਟ ਬਣਾਇਆ 2012 'ਚ, ਫਿਰ ਸ਼ਿਤਿਜ ਹੋਣਾ ਨਾਲ ਫਿਲਮਾਂ ਸਾਡੀਆਂ ਪਹਿਲਾਂ ਕਾਮੇਡੀ ਫਿਲਮਸ ਕੀਤੀਆਂ ਸੀ, ਜੱਟ ਸਿੰਘ ਗੋਲਮਾਲ ਇਕੱਠਿਆਂ ਨੇ ਅਤੇ ਮਿਸਟਰ ਐਂਡ ਮਿਸੀ 421 ਕੀਤੀ ਇਹਨਾਂ ਨਾਲ। ਉਸ ਤੋਂ ਬਾਅਦ ਇੱਕ ਸਿਨੇਮੇ ਦਾ ਟਾਈਮ ਆਇਆ ਜਦੋਂ ਕਾਮੇਡੀਜ਼ ਫਿਲਮਾਂ ਨੂੰ ਬਹੁਤ ਹੁੰਗਾਰਾ ਮਿਲਣਾ ਬੰਦ ਹੋ ਗਿਆ ਸੀਗਾ ਜੀ। ਚੰਗੀ ਫਿਲਮ ਚੱਲਦੀ ਸੀ ਬਟ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਹੋ ਗਿਆ ਸੀ ਯਾਰ ਆਪਾਂ ਸਿਰਫ ਕਾਮੇਡੀ ਕਰ ਰਹੇ, ਗੱਲ ਕੀ ਹੈ ਕਹਿਣ ਨੂੰ, ਅਨਲੋਜੀਕਲ ਕਾਮੇਡੀ ਵੀ ਗੱਲ ਕਹਿਣ ਨੂੰ। ਫਿਰ ਅਸੀਂ ਇੱਕ ਸਾਡੀ ਫਿਲਮ ਸੀਗੀ ਵੇਖ ਬਰਾਤਾ ਚੱਲੀਆਂ, ਜਿਹੜਾ ਕਿ ਅਸੀਂ ਅਮਰਿੰਦਰ ਭਾਅ ਜੀ ਉਹਨਾਂ ਨੇ ਪ੍ਰੋਡਿਊਸ ਕੀਤੀ, ਬਿੰਦੂ ਭਾਅ ਜੀ ਹੀਰੋ ਸੀ ਉਹ 'ਚ। ਸਾਡਾ ਹੌਸਲਾ ਹੋ ਗਿਆ ਵੀ ਮੁੱਦੇ ਦੀ ਫਿਲਮ, ਮੀਨਿੰਗਫੁੱਲ ਸਿਨੇਮਾ ਜਦੋਂ ਬਣਾਈਏ ਤਾਂ ਚੱਲਦਾ ਹੈ, ਉਹ ਵੀ ਬਿੰਦੂ ਭਾਅ ਜੀ ਹੀਰੋ ਹੋਣ ਦੇ ਬਾਵਜੂਦ ਐਡੀ ਹਿਊਜ ਓਪਨਿੰਗ ਅਤੇ ਐਡੀ ਵੱਡੀ ਚੱਲੀ ਫਿਲਮ, ਉਹ ਸਭ ਨੂੰ ਹੀ ਪਤਾ ਵੇਖ ਬਰਾਤਾ ਬਹੁਤ ਵੱਡੀ ਚੱਲੀ ਫਿਲਮ ਹੈ ਨਾ। ਅਤੇ ਉਸ ਤੋਂ ਬਾਅਦ ਉਸ ਸਾਲ ਦੀ ਮਤਲਬ ਸੈਕਿੰਡ ਬਿਗੈਸਟ ਹਿੱਟ ਫਿਲਮ ਸੀਗੀ ਮੰਜੇ ਬਿਸਤਰੇ ਤੋਂ ਬਾਅਦ, ਬਿਲਕੁਲ ਵੇਖ ਬਰਾਤਾ ਚੱਲੀ। ਤਾਂ ਇੱਕ ਫਿਰ ਇਨਕਰੇਜ ਆਪਣੇ ਆਪ ਹੀ ਹੌਸਲਾ ਆਉਂਦਾ ਬੰਦੇ ਦੇ ਵਿੱਚ ਕਿ ਆਪਾਂ ਮੁੱਦਾ ਲਈਏ ਪਲੱਸ ਇੰਟਰਟੇਨਮੈਂਟ ਪਾ ਦੀ ਉਹਦੇ 'ਚ ਤਾਂ ਲੋਕ ਵੇਖਦੇ ਨੇ। ਬਿਲਕੁਲ ਹੈ ਨਾ, ਜਿਵੇਂ ਸ਼ਿਦੀ ਭਾਈ ਉਹਨਾਂ ਦਾ ਕਹਿਣਾ ਕਿ ਬੱਚਾ ਜਦੋਂ ਕੋਈ ਦਵਾਈ ਨਹੀਂ ਪੀਂਦਾ ਤਾਂ ਆਪਾਂ ਉਹਨੂੰ ਕਿੱਦਾਂ ਦਵਾਈ ਦੇਣੀ ਹੈ, ਦਵਾਈ ਦੇ ਦੇਣੇ ਨਾ ਉਹਨੂੰ, ਉਹ ਮਾਂ ਨੂੰ ਪਤਾ ਹੁੰਦਾ ਜੀ ਉਹ ਦਵਾਈ ਕਿਸ ਤਰੀਕੇ ਨਾਲ ਦਵਾਈ ਹੈ ਇੱਕ ਜੀ ਹੈ ਨਾ। ਮਾਂ ਬੋਲੀ ਕਿਉਂ ਆਉਣੀ ਚਾਹੀਦੀ ਹੈ, ਇਹ ਇੱਕ ਗੱਲ ਦੱਸਣ ਲਈ ਉਹ ਇੰਟਰਟੇਨਮੈਂਟ ਦੇ ਜ਼ਰੀਏ ਦੱਸੀ ਹੈ। ਅਸੀਂ ਵੈਸੇ ਦੱਸਣ ਜਾਵਾਂਗੇ ਕੋਈ ਸੁਣਨ ਨਹੀਂ ਆਊਗਾ, ਕਿਉਂ ਅਸੀਂ ਉਪਦੇਸ਼ ਦੇ ਲੈਣ ਨਹੀਂ ਆਏ। ਫੁੱਲ ਹਸਾਉਂਦੇ ਹੋਏ ਸਾਡੀਆਂ ਜਿੰਨਾ ਹੁਣ ਤੱਕ ਕੈਰੀਅਰ ਜੱਟਾ ਸੀਰੀਜ਼ ਲਿਖੀਆਂ ਮੈਂ, ਇਹਨਾਂ ਨਾਲ ਮੇਰੀ 5ਵੀਂ ਫਿਲਮ ਹੈ, ਸਾਡੀਆਂ 4 ਫਿਲਮਾਂ ਦੇ ਖੂਬ ਹਸਾਇਆ 420 ਹਿੱਟ ਵੀ ਰਹੀਆਂ ਨੇ, ਤੁਹਾਡੀ ਜੋੜੀ ਮਤਲਬ ਕਿ ਕਾਫੀ ਐਂਟਰਟੇਨ ਕਰ ਰਹੀ ਹੈ। 4 ਫਿਲਮਾਂ ਸੀ, 4 ਫਿਲਮਾਂ ਉਹਨਾਂ 'ਚੋਂ ਮਾੜੀ ਫਿਲਮ ਕੋਈ ਵੀ ਨਹੀਂ ਗਈ, ਜੱਟ ਸਿੰਘ ਗੋਲਮਾਲ ਵੀ ਚੱਲੀ, ਮਿਸਟਰ ਐਂਡ ਮਿਸੀ 420 ਵੀ ਚੱਲੀ, ਵੇਖ ਬਰਾਤਾਂ ਚੱਲੀਆਂ ਵੀ ਚੱਲੀ ਅਤੇ 420 ਰਿਟਰਨਸ ਵੀ ਚੱਲੀ, ਤਾਂ 5ਵੀਂ ਫਿਲਮ ਸਾਡੀ ਇਕੱਠਿਆਂ ਦੀ। ਤਾਂ ਸਾਨੂੰ ਕਿਤੇ ਨਾ ਕਿਤੇ ਇੱਕ ਹੈਗਾ ਕਿ ਹਸਾਉਣਾ ਸਾਨੂੰ ਆਉਂਦਾ ਵਿੱਚ, ਹਾਸਿਆਂ ਰਾਹੀਂ ਕਿਸੇ ਨੂੰ ਕੋਈ ਗੱਲ ਕਹਿ ਦਈਏ, ਜੇ ਆਪਾਂ ਸੋਸਾਇਟੀ ਦੀ ਜਿਹੜੀ ਕੋਈ ਕਿਸ ਸਾਡੀ ਅਗਲੀਆਂ ਫਿਲਮਾਂ ਵੀ ਇਹੀ ਹੈ ਵੀ ਸੋਸਾਇਟੀ 'ਚ ਜੋ ਜੋ ਸਾਨੂੰ ਲੱਗਦਾ ਵੀ ਇਹ ਗੱਲ ਸਹੀ ਨਹੀਂ ਗਲਤ ਹੈ, ਉਹਨੂੰ ਆਪਾਂ ਆਪਦੇ ਹਾਸਿਆਂ ਰਾਹੀਂ ਕਿੱਦਾਂ ਕਹਿਣਾ। ਬਿਲਕੁਲ, ਤਾਂ ਉਹੀ ਇੱਕ ਫਿਲਮ ਹੈ ਊੜਾ ਆੜਾ ਸਾਡੀ। ਅਤੇ ਊੜਾੜਾ ਦੇ ਲਈ ਜਦੋਂ ਤੁਸੀਂ ਕਾਸਟ ਕੀਤੀ ਸੀਗੀ, ਤਰਸੇਮ ਭਾਅ ਜੀ ਨੂੰ ਤੁਸੀਂ ਉਸ ਲਈ ਚੁਣਿਆ ਅਤੇ ਨੀਰੂ ਬਾਜਵਾ ਜੀ ਨੂੰ ਉਸ ਲਈ ਚੁਣਿਆ, ਛੇਤੀ ਜੀ ਉਹ ਕਿੰਨਾ ਕੁ ਜ਼ਰੂਰੀ ਸੀ ਉਸ ਕਰੈਕਟਰ ਤੁਸੀਂ ਜੋ ਦਿਮਾਗ 'ਚ ਲਏ ਕਿ ਹਾਂ ਤਰਸੇਮ ਜੀ ਇਸ ਕਰੈਕਟਰ ਨੂੰ ਨਿਭਾ ਸਕਦੇ ਆ, ਨੀਰੂ ਬਾਜਵਾ ਜੀ ਇਸ ਕਰੈਕਟਰ ਨੂੰ ਨਿਭਾ ਸਕਦੇ ਆ, ਉਹ ਨਰੇਸ਼ ਜੀ ਨੇ ਸੁਜੈਸਟ ਕੀਤਾ ਜੀ? ਨਹੀਂ, ਅਸੀਂ ਸਾਰਾ ਇਹ ਸ਼ੇਅਰ ਕਰਦੇ ਹਾਂ, ਉਦੋਂ ਵੀ ਫਿਲਮ ਹੀ ਡਿਸਕਸ ਕਰੀ ਦੀ, ਅਸੀਂ ਲੰਚ ਕਰਦੇ ਹਾਂ, ਡਿਨਰ ਕਰਦੇ ਹਾਂ, 24 ਘੰਟੇ ਫਿਲਮ ਹੀ ਡਿਸਕਸ ਕਰਦੇ ਹਾਂ, ਹੁਣ ਵਿੱਚ ਬ੍ਰੇਕ ਸੀ, ਉੱਧਰ ਵੀ ਅਸੀਂ ਮੈਂ ਕੰਮ ਚੱਲ ਰਿਹਾ ਅੱਗੇ ਦਾ ਵੀ, ਅੱਗੇ ਦੇ ਵੀ ਪ੍ਰੋਸੈਸ ਚਾਲੂ ਹੈ, ਕਿਉਂਕਿ ਸਾਡਾ ਰਿਲੇਸ਼ਨ ਫਰੈਂਡਸ਼ਿਪ ਵਾਲਾ ਬਾਅਦ 'ਚ ਪ੍ਰੋਫੈਸ਼ਨਲ ਬਾਅਦ 'ਚ ਹੋਏ ਆਪਾਂ, ਤਾਂ ਮੋਰਨਿੰਗ ਵਾਕ ਤੇ ਵੀ ਸਾਡੇ ਪ੍ਰੋਡਿਊਸਰਸ ਨਾਲ ਦੇ ਪਾਰਟਨਰ ਸਾਡੇ ਦੀਪਕ ਗੁਪਤਾ ਜੀ ਔਰ ਰਵਾਲੀ ਗੁਪਤਾ ਜੀ, ਸ਼ਿਦੀ ਭਾਜੀ, ਮੈਂ ਜਾਂ ਸਾਡੇ ਨਾਲ ਜੁੜੇ ਮੇਰੇ ਵਾਈਫ, ਅਸੀਂ ਸਭ ਦੀ ਇੱਕ ਪੁਆਇੰਟ ਵਿਊ ਹੁੰਦਾ ਕਿ ਇਸ ਕਰੈਕਟਰ 'ਚ ਸਭ ਤੋਂ ਸੂਟ ਕੌਣ ਕਰਦਾ, ਤਾਂ
ਕੱਲ ਵੀ ਸੇਮ ਭਾਜੀ ਹੀ ਸਭ ਤੋਂ ਜ਼ਿਆਦਾ ਇਹਦੇ 'ਚ ਮੇਰੇ ਵਾਈਫ ਹਾਲਾਂਕਿ ਔਰ ਇੱਕ ਸੀਗਾ ਕਿ ਕੁਛ ਡਿਫਰੈਂਟ ਜਾਊਗਾ ਉਹਨਾਂ ਦੇ ਨਾਲ ਕੌਮੇਡੀ ਕਰਨਗੇ ਵਿੱਚ ਇਮੋਸ਼ਨਸ ਹੈਗੇ ਨੇ ਭਾਜੀ ਨੇ ਕੌਮੇਡੀ ਪਹਿਲੀ ਵਾਰੀ ਫਿਲਮ 'ਚ ਕੀਤੀ ਪਰ ਤੁਸੀਂ ਦੇਖੋਗੇ ਕਿ ਤਰਸੇਮ ਜੱਸੜ ਭਾਜੀ ਇਜ਼ ਅ ਵੈਰੀ ਵਰਸੇਟਾਈਲ ਐਕਟਰ ਇਹ ਉਹਨਾਂ ਦਾ ਜਿਹੜਾ ਡਾਇਲੋਗ ਹੈ ਕਿ ਮੈਂ ਵਾਟਰ ਟੱਚ ਕਰਨ ਚੱਲਿਆ ਲੋਕਾਂ ਨੂੰ ਕਾਫੀ ਪਸੰਦ ਵੀ ਆਇਆ ਕਿੰਨਾ ਪਸੰਦ ਆਇਆ ਉਹਨਾਂ ਨੂੰ ਹੋਰ ਵੀ ਉਹਨਾਂ ਦੇ ਫਿਲਮ 'ਚ ਦੇਖੇ ਉਸ ਤੋਂ ਵੀ ਜ਼ਿਆਦਾ ਵੱਡੇ ਪੰਚਸ ਨੇ ਜਿਹੜੇ ਇਹਨਾਂ ਨੇ ਲਿਖੇ ਨੇ ਔਰ ਤਰਸੇਮ ਭਾਜੀ ਨੇ ਬਹੁਤ ਹੀ ਵਧੀਆ ਬੋਲੇ ਕੌਮੇਡੀ ਕਰਨਾ ਐਕਚੁਅਲੀ ਟਫ ਕੰਮ ਹੈ ਔਰ ਜਦੋਂ ਬੰਦਾ ਮੇਨ ਲੀਡ ਦੇ ਵਿੱਚ ਹੋਵੇ ਉਹਨੂੰ ਇੱਕ ਆਪਣਾ ਹੀਰੋਇਜ਼ਮ ਵੀ ਕਾਇਮ ਰੱਖਣਾ ਪੈਂਦਾ ਹੈ ਨਾ ਉਹ ਕੋਮੇਡੀਅਨ ਵੀ ਨਾ ਲੱਗੇ ਔਰ ਤਰਸੇਮ ਭਾਜੀ ਨੇ ਇੰਨਾ ਬਖੂਬੀ ਨਿਭਾਇਆ ਔਰ ਨੀਰੂ ਜੀ ਨੇ ਵੀ ਨੀਰੂ ਜੀ ਨਾਲ ਮੈਂ ਪਹਿਲੇ ਵੀ ਕੰਮ ਕੀਤਾ ਸੀਗਾ ਹੀਰਾਂਝਾ ਦੇ ਵਿੱਚ ਉਹ ਇੱਕ ਬਹੁਤ ਸੀਰੀਅਸ ਰੋਲ ਸੀਗਾ ਬਟ ਇਹਦੇ 'ਚ ਉਹਨਾਂ ਨੇ ਇੰਨੀ ਸੋਹਣੀ ਕੋਮੇਡੀ ਕੀਤੀ ਹੈ ਨੀਰੂ ਬਾਜਵਾ ਜੀ ਨੇ ਇੱਕ ਡਿਫਰੈਂਟ ਜਿਹਾ ਤੁਹਾਨੂੰ ਇੱਕ ਵੱਖਰਾ ਜਿਹਾ ਦੋਨਾਂ ਦਾ ਜਿਹੜੀ ਪਰਫੋਰਮੈਂਸ ਹੈ ਕਿਰਦਾਰ ਜਿਹੜੇ ਦੋਨਾਂ ਦੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਹਾਂ ਤੁਸੀਂ ਪੁੱਛਿਆ ਸੀਗਾ ਕਿਵੇਂ ਮਾਇੰਡ ਦੇ ਵਿੱਚ ਆਇਆ ਕਿਉਂਕਿ ਕਪਲ ਦੀ ਸਟੋਰੀ ਸੀਗੀ ਹੈ ਔਰ ਪਰਫੋਰਮਰ ਵਧੀਆ ਚਾਹੀਦੇ ਸੀਗੇ ਮੈਨੂੰ ਲੱਗਦਾ ਨੀਰੂ ਜੀ ਦੇ ਉੱਤੋਂ ਫੀਮੇਲ ਕੋਈ ਹੋ ਹੀ ਨਹੀਂ ਸਕਦਾ ਔਰ ਤਰਸੇਮ ਭਾਜੀ ਵਾਸਤੇ ਸੀਗਾ ਕਿ ਜਿਹੜੀ ਉਹਨਾਂ ਦੀ ਪਰਸਨੈਲਿਟੀ ਹੈ ਜੋ ਉਹਨਾਂ ਦੀ ਲੁੱਕ ਹੈ ਉਹੀ ਇਸ ਰੋਲ ਨੂੰ ਸੂਟ ਕਰਦੀ ਹੈ ਜੀ ਅਤੇ ਜੇ ਮੈਂ ਗੱਲ ਕਰਾਂ ਕਿ ਇਸ ਫਿਲਮ ਦੇ ਵਿੱਚ ਹੋਰ ਜਿਹੜੇ ਕਾਸਟ ਹੈ ਉਹਨਾਂ ਤੋਂ ਇਲਾਵਾ ਉਹਨਾਂ ਦੇ ਬਾਰੇ ਗੱਲ ਕਰਾਂ ਤਾਂ ਮੈਨੂੰ ਸਭ ਤੋਂ ਵਧੀਆ ਕਰੈਕਟਰ ਲੱਗਦਾ ਘੁੱਗੀ ਭਾਜੀ ਦਾ ਘੁੱਗੀ ਭਾਜੀ ਨੇ ਜਦੋਂ ਮੈਂ ਉਹਨਾਂ ਦਾ ਇੰਟਰਵਿਊ ਕਰਿਆ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਇਸ ਕਰੈਕਟਰ ਨੂੰ ਉਹਨਾਂ ਨੇ ਚੇਂਜ ਕੀਤਾ ਪਹਿਲਾਂ ਉਹ ਸਟਿੱਕ ਨਾਲ ਵਾਕ ਕਰ ਰਹੇ ਸੀਗੇ ਕਾਲਰ ਲਾ ਕੇ ਫਿਰ ਉਸ ਦੇ ਮੋਸ਼ਨਸ ਦੇ ਉੱਤੇ ਉਹਦੀ ਬਾਡੀ ਲੈਂਗੁਏਜ ਦੇ ਉੱਤੇ ਵਰਕ ਕੀਤਾ ਗਿਆ ਅਤੇ ਉਹ ਕਰੈਕਟਰ ਇੱਕ ਹੁਣ ਜਿਹੜਾ ਬਣ ਕੇ ਆਇਆ ਉਹ ਇੱਕ ਕਾਮੇਡੀ ਵੀ ਕਰਦਾ ਅਤੇ ਇੱਕ ਫੌਜੀ ਜਿਹੜਾ ਆਪਣਾ ਰੋਬ ਦਿਖਾਉਂਦਾ ਉਹ ਵੀ ਬੜਾ ਸੋਹਣਾ ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਜ਼ਬਰਦਸਤੀ ਵਾਲੀ ਕਾਮੇਡੀ ਨਾ ਲੱਗੇ ਕਿਤੇ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਬੰਦਾ ਇਹ ਨਾ ਲੱਗੇ ਸਾਰਿਆਂ ਨੇ ਅਸੀਂ ਉੱਥੇ ਉਦੋਂ ਸੈੱਟ 'ਤੇ ਹੀ ਸੀਗੇ ਤਾਂ ਕਿਤੇ ਨਾ ਕਿਤੇ ਉਹ ਲੱਗਿਆ ਕਿ ਜਿੰਨਾ ਕਿ ਉਹਨੂੰ ਨੈਚੁਰਲ ਰੱਖੀਏ ਉਹ ਜ਼ਿਆਦਾ ਵਧੀਆ ਲੱਗੂਗਾ ਅਤੇ ਬੀ ਐਨ ਸ਼ਰਮਾ ਜੀ ਦਾ ਮੇਰੇ ਜੀ ਤੁਸੀਂ ਕਿਰਦਾਰ ਦੋਵਾਂ ਨੂੰ ਇੱਕ ਲੜਾਈ ਦਿੱਤੀ ਹੈ ਘੁੱਗੀ ਭਾਜੀ ਨੂੰ ਅਤੇ ਬੀ ਐਨ ਸ਼ਰਮਾ ਜੀ ਨੂੰ ਇੱਕ ਭਰਾ ਜਿਹੜੇ ਚਾਚੇ ਤਾਏ ਨੇ ਉਹ ਲੜ ਰਹੇ ਨੇ ਅਤੇ ਉਹ ਵੀ ਉਹਨਾਂ ਦੇ ਵਿੱਚ ਅੰਦਰੋਂ ਪਿਆਰ ਵੀ ਹੈ ਉਹ ਫੀਲਿੰਗ ਵੀ ਹੈ ਅਤੇ ਲੜਾਈ ਵੀ ਹੈ ਹੈ ਨਾ ਉਹਨਾਂ ਦੋਵਾਂ ਦੇ ਕਰੈਕਟਰ ਦੇ ਵਿੱਚ ਉਹਨਾਂ ਦੀ ਜਿਹੜੀ ਕਾਮੇਡੀ ਨਿਕਲ ਕੇ ਆ ਰਹੀ ਉਹ ਵੀ ਬਾਖੂਬੀ ਹੈ ਅਤੇ ਉਹਨਾਂ ਦੋਵਾਂ ਕਰੈਕਟਰ ਨੂੰ ਜਦੋਂ ਤੁਸੀਂ ਡਿਜ਼ਾਇਨ ਕੀਤਾ ਸੀ ਤਾਂ ਉਦੋਂ ਮਤਲਬ ਕਿ ਕਿਸ ਤਰ੍ਹਾਂ ਇਸਟੈਬਲਿਸ਼ ਕੀਤੇ ਇਹ ਕਰੈਕਟਰ ਕਿ ਹਾਂ ਇਹਨਾਂ ਦੀ ਕਾਮੇਡੀ ਮੈਨੂੰ ਇੱਦਾਂ ਦੀ ਚਾਹੀਦੀ ਹੈ ਫਿਲਮ ਦੇ ਵਿੱਚ ਇਹਨਾਂ ਦਾ ਇਹ ਕਿਰਦਾਰ ਇੱਦਾਂ ਦਾ ਚਾਹੀਦਾ ਕਿਉਂਕਿ ਮਾਂ ਬੋਲੀ ਦੇ ਉੱਤੇ ਬਣਨ ਵਾਲੀ ਫਿਲਮ ਆ ਤੁਸੀਂ ਐਂਟਰਟੇਨਮੈਂਟ ਪਾਇਆ ਉਸ ਚੀਜ਼ ਦੇ ਉੱਤੇ ਜਿਹਦੇ ਕਰਕੇ ਲੋਕ ਇਸ ਨੂੰ ਦੇਖਣਾ ਪਸੰਦ ਕਰਨ ਅਤੇ ਉਹਨਾਂ ਦੋਵਾਂ ਦੇ ਕਰੈਕਟਰ ਮੈਨੂੰ ਲੱਗਦਾ ਇਸ ਫਿਲਮ ਦੇ ਵਿੱਚ ਮੇਨ ਉਹ ਜਿਹੜੀ ਲੜਾਈ ਵੀ ਦਿਖਾਈ ਨਾ ਐਕਚੁਅਲੀ ਉਹ ਭਰਾਵਾਂ ਵਾਲੀ ਲੜਾਈ ਹੈ ਹੁੰਦਾ ਨਹੀਂ ਵੀ ਫਾਲਤੂ ਲੜ ਪੈਣਾ ਨਾਲ ਹੀ ਅਗਲੇ ਦਿਨ ਫਿਰ ਇਕੱਠੇ ਬੈਠੇ ਨੇ ਲੜਾਈ ਵੀ ਇੱਦਾਂ ਦੀ ਹੈ ਉਹ ਹੀ ਸੱਚ ਹੈ ਆਪਣੇ ਸ਼ਰੀਕੇ ਭਾਜੀ ਆਪਾਂ ਜਿਹੜਾ ਨਾਮ ਆਪਾਂ ਰੱਖਿਆ ਹੋਇਆ ਅੱਜ ਜਿੰਨਾ ਵੀ ਸ਼ਰੀਕਾ ਹੈਗਾ ਤੁਸੀਂ ਇਹ ਜਦ ਤੱਕ ਇਕੱਠੇ ਗਲੀ ਮੁਹੱਲੇ 'ਚ ਇਕੱਠੇ ਰਹਿ ਗਏ ਲੜੀ ਜਾਂਦੇ ਇਹਨਾਂ ਨੂੰ ਕਹਿ ਪੁੱਛ ਕੇ ਵੇਖੋ ਕਦੇ ਕਿਸੇ ਨੂੰ ਕਿ ਤੂੰ ਇਹ ਚਾਹੁੰਦਾ ਕਿ ਤੇਰਾ ਨਾਲ ਸ਼ਰੀਕਾ ਹਮੇਸ਼ਾ ਲਈ ਕਿਤੇ ਚਲਾ ਜਾਵੇ ਕਿਤੇ ਹੋਰ ਬੰਦਾ ਨਹੀਂ ਆ ਉਹ ਇੱਕ ਅੰਦਰੋਂ ਵਿਆਹ ਤਾਂ ਹੁੰਦਾ ਹੀ ਹੈ ਨਾ ਇਸ ਉਹ ਇੱਕ ਪਾਰਟ ਆਫ ਲਾਈਫ ਬਣਿਆ ਸਭ ਦਾ ਇੱਕ ਉਹ ਦੋ ਭਰਾਵਾਂ ਦੀ ਅਸੀਂ ਇਕੱਠੇ ਸੀਗੇ ਬੰਬੇ ਜਦੋਂ ਅਸੀਂ ਸਕਰੀਨ ਲਈ ਤੇ ਬੈਠੇ ਤਾਂ ਇਹ ਦੋ ਕਰੈਕਟਰਸ ਨੂੰ ਲੈ ਕੇ ਕਾਫੀ ਸਾਡੇ ਦਿਮਾਗ 'ਚ ਜਿਹੜੇ ਦੋ ਕਰੈਕਟਰ ਨੇ ਮੇਨ ਲੀਡ ਦੇ ਜੋ ਤਰਸੇਮ ਭਾਜੀ ਅਤੇ ਨੀਰੂ ਜੀ ਨੇ ਪਰਫੋਰਮ ਕੀਤਾ ਉਹ ਤਾਂ ਸਾਡੇ ਪਹਿਲੇ ਦਿਨ 'ਤੇ ਕਲੀਅਰ ਸੀ ਕਿਉਂਕਿ ਇਹ ਕੀ ਨੇ ਅਤੇ ਕਿੱਦਾਂ ਹੋਣਗੇ ਉਹਨਾਂ ਦੇ ਪਿਛੋਕੜ 'ਚ ਕੌਣ ਕੌਣ ਹੋਏਗਾ ਪਹਿਲਾਂ ਸਾਡੇ ਦਿਮਾਗ 'ਚ ਸੀਗਾ ਕਰੈਕਟਰ ਕਿ ਇਹਨਾਂ ਦੀ ਤਰਸੇਮ ਭਾਜੀ ਦੀ ਮੰਮੀ ਦਿਖਾਉਣੀ ਆ ਸੀ ਮਾਂ ਦਿਖਾਉਣੀ ਆ ਬਾਪੂ ਨਹੀਂ ਦਿਖਾਉਣਾ ਫਿਰ ਹੌਲੀ ਹੌਲੀ ਜਦੋਂ ਘੁੱਗੀ ਭਾਈ ਦਾ ਕਰੈਕਟਰ ਬਹੁਤ ਸਟਰੋਂਗ ਬਣ ਗਿਆ ਤਾਂ ਉਹ ਸ਼ਰੀਕੇਬਾਜ਼ੀ 'ਚ ਖੇਡਣ ਲਈ ਸਾਨੂੰ ਫਿਰ ਅਸੀਂ ਸਲਾਹ ਕੀਤੀ ਕਿ ਸਾਹਮਣੇ ਮੇਲ ਰੱਖੀ ਕਾਊਂਟਰ ਅਟੈਕ ਵੀ ਵੱਡਾ ਸੀ ਕਾਊਂਟਰ ਅਟੈਕ ਐਕਸ਼ਨ ਦੇ ਸਾਹਮਣੇ ਰਿਐਕਸ਼ਨ ਵੀ ਵੱਡਾ ਹੈਨਾ ਉਹ ਫਿਰ ਬੀ ਐਨ ਭਾਜੀ ਦਾ ਕਰੈਕਟਰ ਬਣੇ ਬਾਪੂ ਬਣਾਇਆ ਬੇਬੇ ਛੱਡ ਗਏ ਤਾਂ ਇੱਦਾਂ ਬੈਠੇ ਬੈਠੇ ਬਸ ਚੀਜ਼ਾਂ ਬਣਦੀਆਂ ਜਾਂਦੀਆਂ ਬਿਲਕੁਲ ਅਤੇ ਇਸ ਫਿਲਮ ਦੇ ਵਿੱਚ ਦੋ ਹੋਰ ਕਰੈਕਟਰ ਨੇ ਜਿਹੜੇ ਮੇਨ ਨੇ ਜਿਹੜੇ ਮੈਨੂੰ ਲੱਗੇ ਅੰਸ਼ ਅਤੇ ਸਮੀਪ ਜੇ ਮੈਂ ਸਮੀਪ ਦੀ ਗੱਲ ਕਰਾਂ ਤਾਂ ਸਮੀਪ ਨੇ ਆਪਣੀ ਸ਼ੁਰੂਆਤ ਕੀਤੀ ਸੀ ਹਰਜੀਤਾ ਤੋਂ ਜੋ ਕਿ ਇੱਕ ਉਦੋਂ ਇੱਕ ਨੋਰਮਲ ਬੱਚਾ ਹੁੰਦਾ ਸੀ ਅਤੇ ਉਸ ਦੀਆਂ ਜਿਹੜੀ ਐਕਟੀਵਿਟੀਜ਼ ਨੂੰ ਦੇਖ ਕੇ ਉਹਨੂੰ ਹਰਜੀਤਾ ਦੇ ਵਿੱਚ ਕਾਸਟ ਕੀਤਾ ਗਿਆ ਸੀਗਾ ਅਤੇ ਉਸ ਤੋਂ ਬਾਅਦ ਅੰਸ਼ ਵੀ ਕਾਫੀ ਪਹਿਲਾਂ ਫਿਲਮਾਂ ਦੇ ਵਿੱਚ ਆ ਚੁੱਕਿਆ ਅਤੇ ਤੁਸੀਂ ਉਹਨਾਂ ਦੋਵਾਂ ਦੀ ਇਸ ਵਾਰ ਲੜਾਈ ਵੀ ਦਿਖਾਈ ਉਹਨਾਂ ਦੋਵਾਂ ਦੀ ਵੀ ਲੜਾਈ ਦਿਖਾਈ ਹੈ ਉਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਐਂਟਰਟੇਨਮੈਂਟ ਪਾਇਆ ਅਤੇ ਹਰ ਇੱਕ ਚੀਜ਼ ਨੂੰ ਮੈਨੂੰ ਲੱਗਦਾ ਕਿ ਐਂਟਰਟੇਨਮੈਂਟ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੱਚਾਈਆਂ ਨੇ ਜਿਹੜੀਆਂ ਜਿਵੇਂ ਘਰ ਘਰ ਦੀ ਕਹਾਣੀ ਲੱਗੀ ਤੁਸੀਂ ਫਿਲਮ ਦੇਖੋਗੇ ਨਾ ਜਿਹੜੀਆਂ ਲੜਾਈਆਂ ਮੈਨੂੰ ਲੱਗਦਾ ਇਹ ਚੀਜ਼ ਜ਼ਰੂਰੀ ਵੀ ਹੁੰਦੀ ਇਹ ਚੀਜ਼ ਜ਼ਰੂਰੀ ਵੀ ਹੁੰਦੀ ਕਿ ਆਡੀਅੰਸ ਜਦੋਂ ਦੇਖਦੀ ਹੈ ਤਾਂ ਉਹਨੂੰ ਕਨੈਕਟ ਹੋਣਾ ਚਾਹੀਦਾ ਕਿ ਸਾਡੇ ਨਾਲ ਸਾਡੀ ਗੱਲ ਹੋ ਰਹੀ ਹੈ
ਅਤੇ ਇਹਨਾਂ ਦੋਵਾਂ ਬੱਚਿਆਂ ਦੇ ਨਾਲ ਤੁਸੀਂ ਹੋਰ ਬੱਚਿਆਂ ਨੂੰ ਵੀ ਸਾਂਭਿਆ ਅਤੇ ਉਹਨਾਂ ਦੇ ਵੀ ਕਿਰਦਾਰ ਲਿਖੇ, ਉਹ ਕਿੱਦਾਂ ਦਾ ਸੀਗਾ ਬੱਚੇ ਸੈੱਟ ਦੇ ਉੱਤੇ ਸੰਭਾਲਣੇ? ਉਹ ਡਾਇਰੈਕਟਰ ਸਾਹਿਬ ਨੂੰ ਪੁੱਛੋ ਜੀ, ਨਹੀਂ ਮਜ਼ਾ ਆਉਂਦਾ ਬੱਚਿਆਂ ਨਾਲ ਕੰਮ ਕਰਕੇ, ਬਹੁਤ ਮਜ਼ਾ ਆਉਂਦਾ। ਇਹਦਾ ਕਾਗਜ਼ ਤੇ ਲਿਖ ਕੇ ਉਹਨਾਂ ਦੇ ਪਾਸੇ ਮੱਥਾ ਬਾਈ ਬਾਅਦ। ਬਲਕਿ ਨਰੇਸ਼ ਜੀ ਕਹਿ ਰਹੇ ਜੀ ਬੱਚਿਆਂ ਲਈ ਕੱਲ ਲਾਈ ਨਾ, ਮੈਂ ਤੁਹਾਡੇ ਤੋਂ ਸੁਣਤੀ, ਤੁਸੀਂ ਸੰਭਾਲੋ, ਮੈਂ ਆਪਦਾ ਕੰਮ ਕਰਤਾ ਜੀ। ਕੋਈ ਬੱਚੇ ਥੋੜ੍ਹੇ ਜਿਹੇ ਇਨੋਸੈਂਟ ਹੁੰਦੇ ਨੇ ਹਨਾ, ਜਿਹੜੀ ਮੈਚੋਰਿਟੀ ਹੈ ਉਹ ਕਿਤੇ ਨੇ 18-20 ਸਾਲ ਤੋਂ ਬਾਅਦ ਆਉਂਦੀ ਹੈ, ਤਾਂ ਵਿਚਾਰੇ ਛੋਟੇ ਛੋਟੇ ਨੇ 10-12 ਸਾਲ ਦੇ, ਤਾਂ ਥੋੜ੍ਹੇ ਸ਼ਰਾਰਤੀ ਵੀ ਸੀਗੇ, ਥੱਕ ਵੀ ਜਾਂਦੇ ਸੀ। ਗਰਮੀ 'ਚ ਸ਼ੂਟ ਕਰ ਰਹੇ ਸੀ ਆਪਾਂ, ਜੁਲਾਈ ਅਗਸਤ ਦੇ ਵਿੱਚ ਫਿਲਮ ਕੀਤੀ, ਪਰ ਫਿਰ ਵੀ ਬੱਚਿਆਂ ਨੇ ਬਹੁਤ ਸਾਥ ਦਿੱਤਾ ਔਰ ਦੋਨੋਂ ਇੰਨੇ ਵਧੀਆ ਪਰਫੋਰਮਰ ਨੇ, ਜਿਵੇਂ ਘੁੱਗੀ ਭਾਅ ਜੀ ਅਤੇ BN ਭਾਅ ਜੀ ਦਾ ਤੁਸੀਂ ਦੇਖਿਆ ਸੀਨ ਦੇ ਵਿੱਚ ਲੜਾਈ ਕਰਦੇ ਨੇ, ਫਿਲਮ ਦੇ ਵਿੱਚ ਤੁਸੀਂ ਦੇਖੋਗੇ ਦੋਨਾਂ ਦੀ ਉਹਨਾਂ ਦੇ ਬਰਾਬਰ ਦੀ ਕੋਮੇਡੀ ਹੈ, ਉਹ ਵੀ ਉੱਦਾਂ ਹੀ ਲੜਦੇ ਨੇ। ਬੱਚਿਆਂ ਨਾਲ ਜਿਹੜੀ ਗੱਲ, ਮੈਨੂੰ ਲੱਗਦਾ ਕਿ ਇਹਨਾਂ ਨੂੰ ਇਸ਼ੂ, ਹਾਲਾਂਕਿ ਮੈਂ ਸੈੱਟ 'ਤੇ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਫੇਸ ਕਰਨੀਆਂ ਪਈਆਂ ਹੋਣਗੀਆਂ ਬੱਚਿਆਂ ਵਾਲੀਆਂ, ਮੇਜਰ ਇਸ਼ੂਜ਼ ਹੁੰਦੇ ਕਿ ਬੱਚਿਆਂ ਨੂੰ ਕੁਛ ਚੀਜ਼ਾਂ ਨਹੀਂ ਪਤਾ ਜਿਹੜੀ ਵੱਡਿਆਂ ਨੂੰ ਪਤਾ ਹੁੰਦੀਆਂ, ਕਿ ਲਾਈਟ ਚਲੀ ਜਾਣੀ ਹੈ, ਵੀ 5 ਵਜੇ ਤੱਕ ਲਾਈਟ ਆਪਾਂ ਸੀਨ ਖਤਮ ਕਰੀਏ, ਬੱਚਿਆਂ ਨੇ ਆਪਦੀ ਸ਼ਰਾਰਤਾਂ 'ਚ ਲੱਗੇ ਰਹਿਣਾ, ਉਹਨਾਂ ਨੂੰ ਇਸ ਚੀਜ਼ ਤੋਂ ਨਹੀਂ ਪਤਾ ਹੁੰਦਾ ਕਿ 5 ਵਜੇ ਤਾਂ ਸੀਨ ਨਹੀਂ ਹੋ ਸਕਦਾ ਹੈ ਨਾ ਜੀ। ਜੇ ਇਹਨਾਂ ਦਾ ਕਲੋਜ਼ ਲਾਇਆ, ਉਹਨੂੰ ਕਿਹਾ ਤੂੰ ਰੁਕ ਜਾਓ, ਖੇਡਣ ਚਲੇ ਜਾਂਦਾ ਸੀਗਾ, ਕੱਪੜੇ ਉਹਨਾਂ ਨੂੰ ਕੀ ਪਤਾ, ਕੱਪੜਿਆਂ ਦੀ ਕੰਟੀਨਿਊਟੀ ਖਰਾਬ ਹੋ ਗਈ ਤਾਂ ਫਸ ਜਾਂਗੇ ਅਸੀਂ, ਉਹਨਾਂ ਨੂੰ ਇਸ ਚੀਜ਼ਾਂ ਦਾ ਨੌਲੇਜ ਨਹੀਂ ਹੁੰਦੀ, ਉਹਨਾਂ ਪਤਾ ਹੁੰਦਾ, ਤਾਂ ਉਹ ਚੀਜ਼ਾਂ ਬਹੁਤ ਡਿਫੀਕਲਟ ਬੱਚਿਆਂ ਨਾਲ ਹੁੰਦੀਆਂ ਮੇਨ, ਕਿ ਬਾਕੀ ਕਿਉਂਕਿ ਉਹਨਾਂ ਦਾ ਸੁਭਾਅ ਬੱਚਿਆਂ ਵਾਲਾ ਹੀ ਹੁੰਦਾ। ਅਤੇ ਉਹ ਚੀਜ਼, ਮੈਂ ਇੱਕ ਚੀਜ਼ ਪੁੱਛਣਾ ਚਾਹੂੰਗਾ ਤੁਹਾਨੂੰ, ਇਸ ਫਿਲਮ ਦੀ ਪੂਰਾ ਜਿਹੜਾ ਮੈਸੇਜ ਹੈ ਤੁਸੀਂ ਇੱਕ ਕਾਮੇਡੀ ਦੇ ਵਿੱਚ ਲਪੇਟ ਕੇ ਆਡੀਅੰਸ ਨੂੰ ਦੱਸਿਆ ਹੈ ਨਾ, ਅਤੇ ਤੁਹਾਨੂੰ ਜਦੋਂ ਇਸ ਫਿਲਮ 'ਤੇ ਰਿਸਰਚ ਕਰ ਰਹੇ ਸੀ, ਮੈਨੂੰ ਲੱਗਦਾ ਤੁਹਾਨੂੰ ਵੀ ਕਾਫੀ ਜ਼ਿਆਦਾ ਗੱਲਾਂ ਪਤਾ ਲੱਗੀਆਂ ਹੋਣੀਆਂ ਆਪਣੀ ਪੰਜਾਬੀ ਮਾਂ ਬੋਲੀ ਬਾਰੇ। ਜਿਵੇਂ ਸੁਰਜੀਤ ਪਾਤਰ ਸਾਹਿਬ ਨੇ ਲਿਖਿਆ ਸੀ ਕਿ ਮੇਰੀ ਮਾਂ ਬੋਲੀ ਖਤਮ ਹੋ ਰਹੀ ਹੈ ਵਾਕ ਵਾਕ ਸ਼ਬਦ ਸ਼ਬਦ ਕਰਕੇ, ਬਹੁਤ ਸਾਰੇ ਸ਼ਬਦ ਇੱਦਾਂ ਦੇ ਸੀ ਜਿਹੜੇ ਪੁਰਾਤਨ ਵੇਲੇ ਬੋਲੇ ਜਾਂਦੇ ਸੀ, ਜਿਵੇਂ ਲੋਧਾ ਵੇਲਾ ਸਵੇਰ ਨੂੰ ਕਹਿੰਦੇ, ਬਹੁਤ ਸਾਰੇ ਇੱਦਾਂ ਦੇ ਸ਼ਬਦ ਹੁੰਦੇ ਸੀ ਜੋ ਅੱਜ ਅਲੋਪ ਹੋ ਚੁੱਕੇ ਨੇ। ਜੇਕਰ ਅਸੀਂ ਉਰਦੂ ਦੀ ਗੱਲ ਕਰੀਏ ਤਾਂ ਉਰਦੂ ਪਹਿਲਾਂ ਸਾਡੇ ਬਜ਼ੁਰਗ ਪੜ੍ਹਦੇ ਹੁੰਦੇ ਸੀ, ਸਾਡੇ ਘਰਾਂ ਦੇ ਵਿੱਚ ਆਮ ਉਰਦੂ ਦੇ ਅਖਬਾਰ ਪਾਏ ਜਾਂਦੇ ਸੀ, ਜੋ ਕਰ ਜਿਸ ਕਰਕੇ ਕਿ ਸ਼ਾਹਮੁਖੀ ਵੀ ਹੁਣ ਬਿਲਕੁਲ ਖਤਮ ਹੋ ਚੁੱਕੀ। ਅਤੇ ਮੈਨੂੰ ਲੱਗਦਾ ਤੁਹਾਨੂੰ ਵੀ ਇਹਨਾਂ ਚੀਜ਼ਾਂ ਬਾਰੇ ਹੋਰ ਨੌਲੇਜ ਮਿਲੀ ਹੋਣੀ ਹੈ ਇਸ ਫਿਲਮ ਦੀ, ਜਦੋਂ ਤੁਸੀਂ ਵਰਕ ਕਰ ਰਹੇ ਸੀਗੇ ਇਸ ਕਹਾਣੀ ਦੇ ਉੱਤੇ, ਵਰਕ ਕਰ ਰਹੇ ਸੀ ਨਵੀਂ ਚੀਜ਼ਾਂ ਬਾਰੇ ਸਕੂਲਾਂ 'ਚ ਕੀ ਹੋ ਰਿਹਾ ਅਤੇ ਜਿਹੜੀ ਪੁਰਾਤਨ ਲੰਘੀ ਹੈ ਉਹ ਸਾਰਾ ਤੁਹਾਨੂੰ ਕਾਫੀ ਪਤਾ ਲੱਗਿਆ ਹੋਣਾ, ਅਤੇ ਕਿਹੜੀ ਚੀਜ਼ ਤੁਹਾਡੇ ਲਈ ਸਭ ਤੋਂ ਇੰਟਰਸਟਿੰਗ ਹੋਈ ਹੈ? ਇੰਟਰਸਟਿੰਗ ਸਭ ਤੋਂ ਪਹਿਲਾਂ ਅਸੀਂ ਜਦੋਂ ਫਿਲਮ ਬਣਾਉਣ 'ਤੇ ਫਾਈਨਲੀ ਡਿਸੀਜਨ ਲਿਆ ਵੀ ਉਹੜਾ ਜਿਹੜਾ ਬਣਾਉਣੀ ਹੈ ਆਪਾਂ, ਤਾਂ ਇਹਨਾਂ ਦਾ ਸਭ ਤੋਂ ਵੱਡਾ ਕੰਸਰਨ ਸੀਗਾ ਕਿ ਮਾਂ ਬੋਲੀ ਦੀ ਗੱਲ ਹੈ ਹਨਾ, ਕਿਤੇ ਖਿਲਵਾੜ ਨਾ ਹੋਵੇ। ਉਸ ਤੋਂ ਬਾਅਦ ਅਸੀਂ ਹਾਲਾਂਕਿ ਪੰਜਾਬੀ ਦੀ ਨੌਲੇਜ ਇਹ ਵੀ ਰੱਖਦੇ ਨੇ, ਮੈਂ ਵੀ ਰੱਖਦਾ, ਸਾਡੇ ਆਰਟਿਸਟ ਤਰਸੇਮ ਭਾਅ ਜੀ, ਘੁੱਗੀ ਭਾਅ ਜੀ, ਕਰਮਜੀਤ ਅਨਮੋਲ ਭਾਅ ਜੀ, BN ਭਾਅ ਜੀ, ਇਹ ਸਾਰੇ ਪੰਜਾਬੀ ਦੇ ਥੰਬ ਨੇ ਵੱਡੇ, ਇਹਨਾਂ ਨੂੰ ਪੰਜਾਬੀ ਦੀ ਗੱਲ ਕਰ ਦਿਉ, ਉਹਨਾਂ ਨਾਲ ਬਹਿ ਕੇ ਤੁਹਾਡਾ ਚੈਪਟਰ ਹੀ ਨਹੀਂ ਖਤਮ ਹੋਣਾ ਜਿੰਨੀ ਇਹ ਨੌਲੇਜ ਰੱਖਦੇ ਨੇ ਹੈ ਨਾ। ਪਰ ਸਾਨੂੰ ਤਾਂ ਵੀ ਕਿਤੇ ਨਾ ਕਿਤੇ ਇਹ ਸੀ ਕਿ ਅਸੀਂ ਕੋਈ ਵੀ ਪਾਸਾ ਸਾਡਾ ਹਲਕਾ ਨਾ ਪੈ ਜਾਵੇ, ਤਾਂ ਅਸੀਂ ਇਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਹਾਲਾਂਕਿ ਆਪਾਂ ਫਿਲਮ ਕਿੱਥੇ, ਆਪਾਂ ਨੂੰ ਡਾਊਟ ਨਹੀਂ ਹੈਗਾ, ਆਪਾਂ ਫਿਲਮ 'ਤੇ ਬਹੁਤ ਵਰਕ ਕਰਾਂਗੇ, ਰਿਸਰਚ ਕਰਾਂਗੇ, ਆਪਾਂ ਹਾਸਿਆਂ ਦੇ ਨਾਲ ਨਾਲ ਮੀਨਿੰਗਫੁੱਲ ਸਿਨੇਮਾ ਬਣਾਈਏ ਤਾਂ ਇੱਕ ਮੀਨਿੰਗਫੁੱਲ ਲੱਗੇ ਉਹ, ਬਟ ਆਪਾਂ ਇੱਕ ਬੰਦਾ ਨਾਲ ਐਡ ਔਨ ਕਰੀਏ, ਅਸੀਂ ਸੁਰਮੀਤ ਮਾਵੀ ਨਾਲ ਲਿਆ ਆਪਣੇ, ਉਹਨਾਂ ਨੇ ਸਕਰੀਨ 'ਤੇ ਜਿਹੜੇ ਡਾਇਲੋਗ ਨਾਲ ਲਿਖੇ ਸਾਡੇ, ਤਾਂ ਅਸੀਂ ਨਹੀਂ ਚਾਹੁੰਦੇ ਸੀ ਕਿੱਥੇ ਵੀ ਲਿਬਰਟੀ ਲਈਏ ਇਸ ਮੁੱਦੇ 'ਤੇ, ਆਪ ਬੈਠ ਕੇ ਸਾਰੇ ਅਸੀਂ ਫਿਲਮ ਦੇ ਸਬਜੈਕਟ 'ਤੇ ਕੰਮ ਕੀਤਾ, ਜਿੰਨੀ ਵੈਲਿਊਜ਼ ਵਾਲੀ ਗੱਲ ਕਹਿਣੀ ਸੀ ਉਹ ਸਹੀ ਪਲੇਸਮੈਂਟ 'ਤੇ ਹੈਗੀ ਹੈ, ਇੰਟਰਟੇਨਮੈਂਟ ਜਿੱਥੇ ਹੋਣਾ ਚਾਹੀਦਾ ਉਹ ਸਹੀ ਪਲੇਸਮੈਂਟ 'ਤੇ ਹੈਗਾ, ਤੁਹਾਨੂੰ ਇੱਕ ਸਹੀ ਬੈਲੈਂਸ ਲੱਗੂਗਾ ਵੀ ਕਿੱਥੇ ਫਿਲਮ ਪ੍ਰੇਸ਼ੀ ਨਹੀਂ ਲੱਗੂਗੀ ਯਾਰ ਕੀ ਹੈ ਇਹ, ਸਿਰਫ ਉਪਦੇਸ਼ ਦੇਈ ਜਾਂਦੇ ਆ, ਅਤੇ ਕਿੱਥੇ ਇਹ ਨਹੀਂ ਲੱਗੂ ਕਿ ਛਿਛੋਰੇ ਜੀ ਹਾਸੇ ਪਾਈ ਜਾਂਦੇ ਮਾਂ ਬੋਲੀ ਦੇ ਨਾਮ 'ਤੇ, ਉਹ ਵੀ ਨਹੀਂ ਹੈਗਾ, ਇੱਕ ਸੁਲਝੀ ਹੋਈ ਫਿਲਮ ਹੈ, ਤੁਹਾਨੂੰ ਇੰਟਰਟੇਨ ਕਰਦੀ ਜਾਏਗੀ 2.5 ਘੰਟੇ ਦੇ ਨਾਲ ਉਹਦੀ ਗੱਲ ਕਹਿੰਦੇ ਜਾਓ। ਕੁਛ ਨਾ ਇਹੋ ਜਿਹੇ ਸ਼ਬਦ ਹੈ ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਜਿਹੜੇ ਕਿ ਈਵਨ 30 ਸਾਲ ਪਹਿਲੇ ਵੀ ਬੋਲੇ ਜਾਂਦੇ ਸੀ, ਅੱਜ ਖਤਮ ਹੋ ਰਹੇ ਨੇ ਉਹ। ਅਸੀਂ ਬੰਬੇ ਕੁਰੀ, ਘੁੱਗੀ ਭਾਅ ਜੀ, ਮੈਂ ਉਹਨਾਂ ਦੀ ਫੈਮਿਲੀ ਸੀਗੀ, ਅਤੇ ਇੱਕ ਅੱਗੇ ਉਹਨਾਂ ਕਾਰ ਵਾਲਾ ਪਤਾ ਨਹੀਂ ਗਲਤ ਉਹਨੇ ਮੋੜ ਦਿੱਤੀ ਆ, ਉਹਦੇ ਕਰਕੇ ਜਾਮ ਲੱਗਾ ਸੀ, ਅਤੇ ਘੁੱਗੀ ਭਾਅ ਜੀ ਦਾ ਬੇਟਾ ਕਹਿੰਦਾ ਪਾਪਾ ਸਾਰਾ ਕਜੀ ਇਹਨੇ ਪਾਇਆ, ਤਾਂ ਘੁੱਗੀ ਭਾਅ ਜੀ ਛੋਟੇ ਜਿਹੇ ਜਵਾਕ ਤੋਂ ਹੈ ਨਾ ਆਪਣੇ ਬੇਟੇ ਤੋਂ ਕਹਿੰਦੇ ਯਾਰ ਕਜੀਆ ਵਰਡ ਬਹੁਤ ਸੋਹਣਾ ਬੋਲਿਆ ਇਹਨੇ ਹੈਰੀ, ਮੈਨੂੰ ਬਹੁਤ ਵਧੀਆ ਲੱਗਿਆ, ਇੱਕ ਇਹ ਵਰਡ ਨੇ ਜਿਹੜੇ ਹੁਣ ਖਤਮ ਨਿਕਲੇ ਆਪਾਂ ਹੈ ਨਾ। ਅਤੇ ਜੇ ਅਸੀਂ ਮੈਨੂੰ ਲੱਗਦਾ ਬਾਲੀਵੁੱਡ ਸਿਨੇਮਾ ਦੀ ਗੱਲ ਕਰੀਏ ਤਾਂ ਬਾਲੀਵੁੱਡ ਸਿਨੇਮਾ ਦੇ ਵਿੱਚ ਜਿਹੜੇ ਕੰਸੈਪਟ ਬਣਦੇ ਨੇ ਉਹ ਵੀ ਇੱਦਾਂ ਦੇ ਹੁੰਦੇ ਨੇ ਜਿੱਦਾਂ ਦੇ ਤੁਸੀਂ ਗੱਲ ਕਰ ਰਹੇ ਹੋ, ਅਤੇ ਸਾਡੀ ਵੀ ਰਿਸਪੋਂਸੀਬਿਲਟੀ ਕਿ ਜੇ ਅਸੀਂ ਪੰਜਾਬੀ ਸਿਨੇਮਾ ਨੂੰ ਵੱਡਾ ਕਰਨਾ ਤਾਂ ਸਾਨੂੰ ਵੀ ਉੱਦਾਂ ਦੇ ਕੰਸੈਪਟ ਬਣਾਉਣੇ ਆ ਅਤੇ ਨਾਲ ਮੈਸੇਜ ਵੀ ਦੇਣਾ। ਜੇ ਮੈਂ ਗੱਲ ਕਰਾਂ ਸਿੰਬਾ ਫਿਲਮ ਦੀ,
ਉਹਦੇ ਵਿੱਚ ਵੀ ਉਹਨਾਂ ਨੇ ਮੈਸੇਜ ਦਿੱਤਾ ਰੇਪ ਨਾਲ ਰਿਲੇਟਡ, ਜਾਂ ਜੇ ਮੈਂ ਗੱਲ ਕਰਾਂ ਉਰੀ ਦੀ ਤਾਂ ਉਹਨਾਂ ਨੇ ਇੰਡੀਅਨ ਆਰਮੀ ਲਈ ਪਿਆਰ ਜਗਾਇਆ ਜਿਹੜੀਆਂ ਨਵੀਆਂ ਫਿਲਮਾਂ ਨੇ। ਸੋ ਮੈਨੂੰ ਇਹ ਲੱਗਦਾ ਕਿ ਤੁਹਾਡਾ ਵੀ ਇਸ ਚੀਜ਼ 'ਤੇ ਜ਼ੋਰ ਲੱਗਾ ਹੋਏਗਾ ਕਿ ਤੁਸੀਂ ਆਪਣੀ ਮਾਂ ਬੋਲੀ ਦਾ ਪਿਆਰ ਜਦੋਂ ਔਡੀਅੰਸ ਨਿਕਲੇ ਤਾਂ ਹੱਸਦੇ ਦੇ ਨਾਲ ਆਪਣੀ ਮਾਂ ਬੋਲੀ ਨੂੰ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕਰੋ। ਇਹ ਜ਼ਰੂਰ ਹੋਊਗਾ ਜੀ। ਮੈਂ ਨਾ ਅੱਜ ਹੀ ਨਿਊਜ਼ ਦੇਖ ਰਿਹਾ ਸੀਗਾ ਕਿ ਉਰੀ ਦਾ ਇੱਕ ਸਪੈਸ਼ਲ ਸ਼ੋਅ ਸਕਰੀਨਿੰਗ ਰੱਖੀ ਗਈ ਸੀ ਸਾਡੇ ਡਿਫੈਂਸ ਮਿਨਿਸਟਰ ਜੀ ਵਾਸਤੇ, ਹੈ ਨਾ। ਮਨੋਹਰ ਪਾਰੀਕਰ ਵੀ ਸੀਗੇ ਉੱਥੇ, ਸਾਡੇ ਡਿਫੈਂਸ ਮਿਨਿਸਟਰ ਵੀ ਸੀਗੇ। ਫਿਲਮ ਦੇਖਣ ਤੋਂ ਬਾਅਦ ਉਹਨਾਂ ਨੇ ਨਾਰੇ ਲਾਏ ਉੱਥੇ, ਬਿਲਕੁਲ ਡਿਫੈਂਸ ਮਿਨਿਸਟਰ ਨੇ। ਮੈਂ ਥੀਏਟਰ 'ਚ ਤਾਲੀਆਂ ਵੱਜਦੇ ਸੁਣੀਆਂ ਜੀ। ਹਾਂ, ਆਮ ਲੋਕ ਤਾਂ ਚਲੋ ਹੈ ਹੀ ਨੇ, ਉਹ ਇੱਕ ਵੱਡੀ ਪੋਸਟ ਹੈ, ਉਹ ਇੰਨਾ ਕਰ ਰਹੇ ਨੇ, ਤਾਂ ਸੇਮ ਹੈ ਊੜਾ ਆੜਾ ਦੇਖਣ ਤੋਂ ਬਾਅਦ। ਵਾਕਈ ਤੁਹਾਨੂੰ ਸੋਚਣ 'ਤੇ ਮਜਬੂਰ ਕਰ ਦੂਗੀ ਇਹ ਫਿਲਮ ਕਿ ਤੁਹਾਨੂੰ ਊੜਾ ਆੜਾ ਪੰਜਾਬੀ ਕਿਉਂ ਆਉਣੀ ਚਾਹੀਦੀ, ਪੰਜਾਬੀ ਮਾਂ ਬੋਲੀ। ਬਿਲਕੁਲ ਜੀ, ਅਤੇ ਪੰਜਾਬੀ ਮਾਂ ਬੋਲੀ ਨਾਲ ਪਿਆਰ ਸਾਡਾ ਇੱਕ ਫਰਜ਼ ਬਣਦਾ ਤਾਂ ਕਿ ਅਸੀਂ ਆਪਣੀ ਭਾਸ਼ਾ ਨੂੰ ਜ਼ਿੰਦਾ ਰੱਖ ਸਕੀਏ, ਜਿਸ ਕਰਕੇ ਅਸੀਂ ਜਾਣੇ ਜਾਂਦੇ ਹਾਂ ਪੰਜਾਬੀ, ਜਿਸ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਜਦੋਂ ਜੀ ਨਾਮ ਰੱਖਦੇ ਹਾਂ, ਅੱਖਰ ਕਢਾਇਆ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੰਜਾਬੀ 'ਚੋਂ ਨਾ ਐੜਾ ਨਿਕਲਿਆ, ਸਾਡਾ ਤਾਂ ਇੰਨਾ ਇੰਪੋਰਟੈਂਸ ਹੈ ਆਪਣੀ ਮਾਂ ਬੋਲੀ ਦੇ ਨਾਲ। ਜਦੋਂ ਬੱਚਾ ਜੰਮਦਾ ਵੱਡਾ ਹੁੰਦਾ, ਉਹਨੂੰ ਲੋਰੀਆਂ ਜਿਹੜੀਆਂ ਬੁਝਾਰਤਾਂ ਉਹ ਅਸੀਂ ਪੰਜਾਬੀ ਦੇ ਵਿੱਚ ਸਿਖਾਉਂਦੇ ਹਾਂ, ਜਦੋਂ ਉਹਦਾ ਵਿਆਹ ਹੁੰਦਾ ਸਿੱਠਣੀਆਂ, ਹੋਰ ਜਿਹੜੇ ਸੁਹਾਗ ਗਾਏ ਜਾਂਦੇ ਨੇ ਉਹ ਪੰਜਾਬੀ ਦੇ ਵਿੱਚ ਨੇ, ਔਰ ਮਰਨ ਦੇ ਜਿਹੜੇ ਈਵਨ ਵੈਣ ਪਾਏ ਜਾਂਦੇ ਉਦੋਂ ਵੀ ਪੰਜਾਬੀ, ਮਤਲਬ ਸਾਡਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਥ ਹੈ ਪੰਜਾਬੀ ਨਾਲ, ਉਹਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ। ਅਤੇ ਬਿਲਕੁਲ, ਹੁਣ ਤੁਸੀਂ ਜਾਂਦੇ ਜਾਂਦੇ ਆਪਣੀ ਭਾਸ਼ਾ ਦੇ ਵਿੱਚ, ਆਪਣੀ ਮਤਲਬ ਕਿ ਆਪਣੇ ਵਰਡਸ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਿਓ ਕਿ ਉਹਨਾਂ ਲਈ ਇਹ ਫਿਲਮ ਵੇਖਣੀ ਕਿੰਨੀ ਕੁ ਜ਼ਰੂਰੀ ਹੈ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਵਿੱਚ, ਕਈ ਵਾਰੀ ਨਾ ਸਾਡੇ ਗੱਲ ਚੱਲਦੀ ਊੜਾ ਆੜਾ ਦਾ, ਕਈ ਵਾਰੀ ਲੋਕ ਕਹਿ ਦਿੰਦੇ ਨੇ ਮਾਰਕੀਟ ਦੇ ਵੀ ਕਿ ਯਾਰ ਇਹ ਊੜਾ ਆੜਾ ਨਾ ਬਾਹਰ ਜ਼ਿਆਦਾ ਚੱਲੂਗੀ, ਤਾਂ ਸਾਨੂੰ ਕਈ ਵਾਰੀ ਦੁੱਖ ਹੁੰਦਾ ਵੀ ਬਾਹਰ ਕਿਉਂ, ਕਹਿੰਦੇ ਉੱਥੇ ਲੋਕ ਜ਼ਿਆਦਾ ਪਿਆਰ ਕਰਦੇ ਪੰਜਾਬੀ ਨੂੰ। ਤਾਂ ਇਹ ਸਾਨੂੰ ਬੜੀ ਹੈਰਾਨੀ ਦੀ ਗੱਲ ਹੁੰਦੀ ਕਿ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਕਰਦੇ ਹਾਂ, ਔਰ ਬਾਹਰ ਵਾਲੇ ਜਿਹੜੇ ਨੇ ਉਹ ਮਾਣ ਮਹਿਸੂਸ ਕਰਦੇ ਨੇ ਪੰਜਾਬੀ, ਹੈ ਨਾ, ਬੋਲਣ ਦੇ ਵਿੱਚ। ਉਹਨਾਂ ਨੇ ਸਕੂਲ ਖੋਲ੍ਹੇ ਹੋਏ ਨੇ ਉੱਥੇ, ਅਸੀਂ ਇੱਥੇ ਕੋਨਵੈਂਟ ਸਕੂਲ ਕਿੰਨੇ ਵਧਾ ਦਿੱਤੇ ਨੇ, ਅਸੀਂ ਫੀਸਾਂ ਦੇ ਰਹੇ ਹਾਂ ਜਵਾਕਾਂ ਨੂੰ ਉੱਥੇ ਪਾ ਰਹੇ ਹਾਂ, ਤਾਂ ਹੀ ਉਹ ਇੰਨੇ ਜ਼ਿਆਦਾ ਵੱਧ ਰਹੇ ਨੇ, ਲੇਮ ਅਸੀਂ ਆਪਣੀਆਂ ਸਰਕਾਰਾਂ 'ਤੇ ਪਾ ਦਿੰਦੇ ਹਾਂ, ਹੈ ਨਾ। ਤਾਂ ਦਿਲੋਂ ਪਿਆਰ ਕਰਨਾ ਪਊਗਾ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਕਮਿਊਨਿਟੀ ਹੈ ਪੰਜਾਬ, ਜਿਹੜੇ ਪੰਜਾਬ 'ਚ ਰਹਿੰਦੇ ਨੇ, ਮੁਸਲਿਮ ਕਮਿਊਨਿਟੀ ਹੈ, ਸਿੱਖ ਕਮਿਊਨਿਟੀ ਹੈ, ਪੰਜਾਬੀ ਬੋਲੀ ਸਾਡੀ ਸਭ ਦੀ ਹੈ ਜੀ। ਇਹ ਮਾਇੰਡ ਦੇ ਵਿੱਚ ਇਹ ਗੱਲ ਜ਼ਰੂਰ ਰੱਖਣੀ ਪਊਗੀ, ਕਿਤੇ ਐਂ ਨਹੀਂ ਕਿ ਇੱਕੋ ਹੀ ਕਿਸੇ ਦੀ, ਸਾਡੇ ਤੋਂ ਜ਼ਿਆਦਾ ਵਧੀਆ ਉੱਥੇ ਬਾਰਡਰ ਪਾਰ ਬੋਲੀ ਜਾਂਦੀ ਪੰਜਾਬੀ ਪਾਕਿਸਤਾਨ ਦੇ, ਉਹ ਕਹਿ ਦੇਣਗੇ ਸਾਡੀ ਹੈ, ਹੈ ਨਾ, ਸਾਡੇ ਤੋਂ ਕਿਤੇ ਵਧੀਆ ਉਹ ਬੋਲਦੇ ਨੇ ਪੰਜਾਬੀ। ਤਾਂ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ, ਜਿੰਨੇ ਵੀ ਅਸੀਂ ਪੰਜਾਬੀ ਲੋਕ ਹੈਗੇ ਹਾਂ, ਮੌਕਾ ਹੈ ਸਾਂਭਣ ਦਾ, ਕਿਉਂਕਿ ਜਿਹੜੀ ਸਾਡੀ ਪਹਿਚਾਣ ਹੈ ਪੰਜਾਬੀ ਮਾਂ ਬੋਲੀ ਦੇ ਨਾਲ, ਤਾਂ ਹੀ ਅਸੀਂ ਪੰਜਾਬੀ ਹਾਂ। ਸਾਡੀ ਪਹਿਚਾਣ ਕੱਲ੍ਹ ਨੂੰ ਗਵਾਚ ਗਈ ਤਾਂ ਉਦੋਂ ਲੱਭਦੇ ਫਿਰਾਂਗੇ, ਉਸ ਤੋਂ ਚੰਗਾ ਅੱਜ ਹੀ ਬਚਾ ਲਈਏ ਅਸੀਂ। ਬਿਲਕੁਲ, ਹੈ ਨਾ, ਬਸ ਉਹੀ ਵਿਸ਼ਾ ਸਾਡੀ ਫਿਲਮ ਦਾ ਉੜਾ ਜਿਹੜਾ, ਵੇਖ ਕੇ ਆਓ। ਸਾਨੂੰ ਸਭ ਤੋਂ ਵਧੀਆ ਜਿਹੜੀ ਗੱਲ ਲੱਗੀ ਸੀਗੀ ਸਾਡੀ ਫਿਲਮ 'ਚ, ਜਿਹੜੇ ਬੱਚੇ ਕੰਮ ਕਰ ਰਹੇ ਸੀਗੇ ਉਹਨਾਂ 'ਚੋਂ ਕਿਸੇ ਨੂੰ ਉੜਾ ਜਿਹੜਾ ਨਹੀਂ ਆਉਂਦਾ ਸੀਗਾ। ਤਾਂ ਇੱਕ ਲਾਸਟ ਸਾਡੀ ਹੁਣ ਪ੍ਰੈਸ ਕਾਨਫਰੰਸ ਸੀਗੀ ਹਫ਼ਤਾ ਕੁ ਪਹਿਲਾਂ, ਤਾਂ ਉਦੋਂ ਬੱਚਿਆਂ ਦੇ ਪੇਰੈਂਟਸ ਮਿਲੇ, ਸਭ ਨੇ ਇਹੀ ਗੱਲ ਕਹੀ ਕਿ ਅਸੀਂ ਫਿਲਮ ਦਾ ਪੈਕਅਪ ਹੁੰਦੇ ਹੀ ਸਭ ਤੋਂ ਪਹਿਲਾਂ ਬੱਚਿਆਂ ਨੂੰ ਉੜਾ ਜਿਹੜਾ ਸਿੱਖਣ ਲਾਇਆ। ਉਹਨਾਂ ਨੂੰ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਆਪ ਨੂੰ ਇਹ ਗਲਤ ਫੀਲ ਹੋਣ ਲੱਗ ਗਿਆ ਸੀ, ਗਲਤ ਕਰ ਰਿਹਾ ਸੀ। ਤਾਂ ਜੀ, ਸਾਡੀ ਫਿਲਮ ਤੋਂ ਬਾਅਦ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਆਪਣੇ ਬੱਚਿਆਂ ਨੂੰ ਮਾਂ ਬੋਲੀ ਸਿੱਖਣ 'ਤੇ ਲਾਉਣਗੇ, ਦੇਖੋ ਬੋਲਣੀ ਸਭ ਨੂੰ ਆਉਂਦੀ ਹੈ, ਬਿਲਕੁਲ ਜੀ, ਤਾਂ ਲਿਖਣੀ ਪੜ੍ਹਨੀ ਵੀ ਆਉਣੀ ਚਾਹੀਦੀ, ਹੈ ਨਾ, ਕਿਉਂਕਿ ਹੌਲੀ ਹੌਲੀ ਜੀ ਲਿਖਣੀ ਪੜ੍ਹਨੀ ਭੁੱਲ ਗਈ, ਕੱਲ੍ਹ ਨੂੰ ਹੌਲੀ ਹੌਲੀ ਬੋਲਣੀ ਭੁੱਲ ਜਾਣੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿੰਨੇ ਸ਼ਬਦ ਨੇ ਜਿਹੜੇ ਅਲੋਪ ਹੋ ਗਏ ਨੇ, ਇੱਦਾਂ ਹੀ ਹੋਰ ਅਗਲੀਆਂ ਪੀੜ੍ਹੀਆਂ ਤੱਕ, ਕਿਉਂਕਿ ਇੱਕ ਹਾਲਾਂਕਿ ਫਿਲਮ ਦਾ ਡਾਇਲੋਗ ਮੈਂ ਦੱਸੂੰਗਾ ਨਹੀਂ, ਜਦੋਂ ਤੁਹਾਨੂੰ ਫਿਲਮ 'ਚ ਦੇਖਣ ਨੂੰਗਾ। ਮੈਨੂੰ ਲੱਗਦਾ ਕਿ ਜਿੰਨੀਆਂ ਆਪਾਂ ਗੱਲਾਂ ਕਰਦੇ ਰਹਾਂਗੇ ਉਨੀਆਂ ਚੀਜ਼ਾਂ ਫਿਲਮ ਬਾਰੇ ਵੀ ਖੁੱਲਦੀਆਂ ਜਾਣਗੀਆਂ, ਅਤੇ ਮਾਂ ਬੋਲੀ ਇੱਕ ਫਰਵਰੀ ਨੂੰ ਖੁੱਲਣਗੇ ਜ਼ਿਆਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਇੱਕ ਫਰਵਰੀ ਨੂੰ ਖੁੱਲਣਗੀਆਂ, ਅਤੇ ਤੁਸੀਂ ਹੁੰਮਾ ਕੇ ਪਹੁੰਚਣਾ ਆਪਣੇ ਪਰਿਵਾਰਾਂ ਦੇ ਨਾਲ, ਅਤੇ ਸਪੈਸ਼ਲੀ ਆਪਣੇ ਬੱਚਿਆਂ ਦੇ ਨਾਲ, ਉਹਨਾਂ ਨੂੰ ਇਹ ਵੀ ਪਤਾ ਲੱਗੇ ਕਿ ਉਹਨਾਂ ਦੇ ਮਾਂ ਬਾਪ ਉਹਨਾਂ ਨੂੰ ਪੜ੍ਹਾਈ ਲਿਖਾਈ ਕਰਾਉਣ ਲਈ ਕਿੰਨਾ ਕੁਛ ਕਰਦੇ ਜੀ। ਬਿਲਕੁਲ, ਅਤੇ ਇਹ ਸਾਰੇ ਮਿਲਦੇ ਆ ਜੀ ਤੁਹਾਨੂੰ 1 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ, ਅਤੇ ਤੁਸੀਂ ਵੇਖਦੇ ਰਹੋ ਫੋਰਐਵਰ ਮੀਡੀਆ। ਮੈਂ ਮਿਲਦਾ ਤੁਹਾਨੂੰ ਅਗਲੀ ਵਾਰ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।